ਅਗਲੇ ਜ਼ਮਾਨੇ ਹੁਣ ਵੀ ਕੁਛ ਕਿਤੇ ਕਿਤੇ ਰਿਵਾਜ਼ ਹੈ ਕਿ ਜਿਹੜੇ ਪਿੰਡ ਦੇ ਜਿਹੜੇ ਚੌਧਰੀ ਆਉਂਦੇ ਸਨ ਜਾਂ ਕੋਈ ਵੱਡਾ ਬੰਦਾ ਜ਼ਿਮੀਂਦਾਰ ਹੁੰਦਾ ਸੀ ਤਾਂ ਆਪਣੇ ਵਿਆਹ ਸ਼ਾਦੀ 'ਤੇ ਉਹਨਾਂ ਦੇ ਕੰਮੀ ਉਹਨਾਂ ਦੇ ਸਿਹਰੇ ਪੜਨ ਵਾਲੇ ਉਹ ਉਹਨਾਂ ਦੀ ਪੜ੍ਹਦੇ ਸਨ ਸ਼ਜਰੇ ਕਿ ਜਨਾਬ ਤੁਹਾਡਾ ਅੱਬਾ ਐਡੀ ਸ਼ਾਨ ਵਾਲਾ, ਤੁਹਾਡਾ ਦਾਦਾ ਐਡੀ ਸ਼ਾਨ ਵਾਲਾ, ਉਹ ਪਰਦਾਦਾ ਐਡੀ ਸ਼ਾਨ ਵਾਲਾ, ਹਾਲਾਂਕਿ ਭਾਵੇਂ ਨਹੀਂ ਵੀ ਸ਼ਾਨ ਵਾਲੇ ਹੁੰਦੇ ਸਨ, ਫਿਰ ਵੀ ਉਹਨਾਂ ਨੂੰ ਕੋਈ ਮੱਝ ਗਾਂ ਲੱਭ ਜਾਂਦੀ ਸੀ। ਅਤੇ ਮੈਂ ਪੜ੍ਹਨ ਲੱਗਾ ਹਜ਼ੂਰ ਦਾ ਸ਼ਜਰਾ, ਕਾਇਨਾਤ ਦਾ ਜਿਹੜਾ ਲਾੜਾ ਹੈ ਉਹਦਾ ਸ਼ਜਰਾ। ਅਤੇ ਫਿਰ ਤੁਸੀਂ ਕੀ ਸਮਝਦੇ ਹੋ ਕਿ ਅਸੀਂ ਇਨਾਮ ਤੋਂ ਖਾਲੀ ਰਹਿ ਜਾਵਾਂਗੇ? ਥੱਕ ਗਏ ਹੋ ਨਾ, ਲੱਗਦਾ ਲੱਗਦਾ ਥੱਕ ਗਏ ਹੋ ਜੀ, ਨਹੀਂ ਵਰਨਾ ਸ਼ਜਰਾ ਸੁਣਨ ਵਾਲੇ ਨਹੀਂ ਸੁਣਦੇ ਜ਼ੁਬਾਨ ਲਾ ਬੰਦੇ। ਤੁਸੀਂ ਕੋਈ ਮੈਨੂੰ ਪਹਿਲੀ ਵਾਰੀ ਮਿਲਿਓ, ਫਿਰ ਵੀ ਮਿਲਾਂਗੇ ਇਨਸ਼ਾਅੱਲਾ, ਲੇਕਿਨ ਇਹ ਕਿ ਆਖੀਰ ਚੰਗੀ ਹੋ ਜਾਵੇ ਤਾਂ ਜ਼ਰਾ ਸੋਹਣੀ ਮਹਿਫਲ ਦਾ ਪਤਾ ਲੱਗੇ ਵੀ ਬੰਦੇ ਆਖਰੀ ਦਮ ਤੱਕ ਜ਼ਿੰਦਾ ਬੈਠੇ ਸਨ।